ਦੋਸਤੋ ਇਹ ਮੇਲਾ ਅੱਜ ਦੇ ਮੇਲੇ ਨੂੰ ਪੀਪੀਸੀ ਲਾਈਵ ਨੈੱਟ ਦੇ ਉੱਤੇ ਤੁਸੀਂ ਜਿੱਥੇ ਜਿੱਥੇ ਪੰਜਾਬੀ ਵਸਦੇ ਨੇ ਸੱਤ ਸਮੁੰਦਰੋਂ ਪਾਰ ਉੱਥੇ ਤੁਸੀਂ ਦੇਖ ਸਕਦੇ ਹੋ ਇਹ ਲਾਈਵ ਮੇਲਾ ਚੱਲ ਰਿਹਾ। ਵੈਸੇ ਕਮਲ ਸਟੂਡੀਓ ਪਚਰੰਗੇ ਤੋਂ ਉਹ ਬਹੁਤ ਵੱਡੇ ਕੈਮਰੇ ਦੇ ਨਾਲ ਮਹਿੰਗੇ ਕੈਮਰੇ ਦੇ ਨਾਲ ਕਵਰਸ ਕਰ ਰਹੇ ਨੇ। ਚਲੋ ਮਾਈਕ ਹੈਂਡ ਜਸਵੀਰ ਜੱਸੀ ਔਰ ਬੀਬਾ ਹੁਸਨਪ੍ਰੀਤ ਲੁਧਿਆਣੇ ਤੋਂ ਔਰ ਉਹਨਾਂ ਤੋਂ ਬਾਅਦ ਸਾਡੇ ਜੀਤਾ ਪਵਾਰ ਔਰ ਮਿਸ ਸੁਨੀਤਾ ਜੀ ਉਹਨਾਂ ਦਾ ਸੰਗੀਤ ਪਰਿਵਾਰ। ਸਤਿਕਾਰਯੋਗ ਗੁਰੂ ਲੋਕਾਂ ਦੇ ਦਰ ਤੇ ਇਕੱਤਰ ਹੋਏ ਸਤਸੰਗ ਬਹੁਤ ਭਾਗਾਂ ਭਰਿਆ ਦੇ ਨਾਲ ਸਾਡੇ ਗੁਰੂ ਲੋਕ ਬਾਬਾ ਰਛਪਾਲ ਸਾਹਿਬ ਜੀ, ਭਾਈ ਬਰੀਕ ਸਿੰਘ ਜੀ, ਬਾਬਾ ਬਲਵ ਜਸਮਿੰਦਰ ਸਿੰਘ ਜੀ ਕਹਿ ਲਓ, ਸਰਪੰਚ ਸਾਹਿਬ, ਬਾਬਾ ਫੌਜੀ ਸਾਹਿਬ, ਜਿੰਨੇ ਵੀ ਸਤਸੰਗ ਬੱਠੇ ਹੈਗੇ ਆ, ਬਹੁਤ ਧੰਨਵਾਦੀ ਆ। ਲਓ ਅਸੀਂ ਹਰੇਕ ਸਾਲ ਆਪਣੇ ਗੁਰੂ ਲੋਕਾਂ ਦੀ ਹਾਜ਼ਰੀ ਲਵਾਉਂਦੇ ਹਾਂ ਔਰ ਸ਼ਬਦਾਂ ਦੇ ਨਾਲ ਹਾਜ਼ਰੀ। ਮੈਂ ਤਾਂ ਬੀਬਾ ਹੋਸਰ ਵੀ ਦਾਂਤ ਸਾਡੀ ਕੈਸਟ ਤੋਂ ਬਹੁਤ ਸਾਰਿਆਂ ਦੇ ਧੰਨਵਾਦੀ ਆ। ਸਾਡਾ ਸੰਗੀਤ ਪਰਿਵਾਰ ਸੈਣੀ ਸਾਊਂਡ ਸਰਵਿਸ ਮਿੰਟੂ ਭਾਜੀ, ਸਾਰੇ ਸਾਧ ਸੰਗਤ ਦੀ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ। ਮੇਰੇ ਤੋਂ ਬਾਅਦ ਮੇਰੇ ਵੱਡੇ ਵੀਰ ਜੀਤ ਪਵਾਰ ਜੀਤਾ, ਉਹਨਾਂ ਨੇ ਵੀ ਹਾਜ਼ਰੀ ਭਰਨੀ ਹੈ ਤੁਹਾਡੀ ਸੇਵਾ 'ਚ। ਮੈਂ ਤਾਂ ਬੀਬਾ ਹੋਸਰ ਵੀ ਹੰਸ ਜੀ ਬਹੁਤ ਧੰਨਵਾਦੀ ਹਾਂ। ਸਾਡੇ ਬਹੁਤ ਹੀ ਮਾਣਯੋਗ ਸਕੱਤਰ ਬਲਦੇਵ ਰਾਹੀ ਜੀ ਭੋਗਪੁਰ ਔਰ ਪੀਪੀਸੀ ਲਾਈਵ, ਆਕਾਸ਼ਦੀਪ ਜੀ ਕਿਆ ਬਾਤ ਹੈ ਲੁਧਿਆਣੇ ਤੋਂ, ਜੀ ਤਬਵਰ ਦੇ ਧੰਨਵਾਦੀਆਂ ਪ੍ਰਤਾਪ ਚੌਹਾਨ ਜੀ, ਲੈ ਤੁਹਾਡੀ ਸੇਵਾ 'ਚ ਮੈਂ ਤਾਂ ਵੀ ਬਹੁਤ ਸੰਪੀਤ ਹਾਂ ਸਾਡੇ ਸੌਂਗਤ ਨਾਲ। ਓਨੀ ਤੂੰ ਨਿਆਜ ਨੂੰ ਬਣਾ ਕੇ ਗੋਟੇ ਝੰਡਿਆਂ ਨੂੰ ਲਾ ਕੇ ਵਿਆਹ ਕੀ ਸੰਗਤ ਬਜ਼ਾਰੀ ਮੇਲ ਲੱਗੇ ਆਏ ਭਾਰੀ
ਸੌਂਗ ਦੇ ਨਾਲ ਹੋਰ ਹਾਜ਼ਰੀ ਗੱਲ ਕਰਨ ਵਾਲੇ ਇਸ਼ਕ ਮਜਾਜੀ ਤੇ ਹਕੀਕੀ ਦੀ ਸੋਹਣੀ ਦੇ ਕੜੇ ਦੀ ਮੈਨੂੰ ਪਾਰ ਨਗਾ ਦੇਵੇ ਕੜਿਆ ਮਿਹਨਤਾਂ ਤੇਰੀਆਂ ਕਰਦੀ ਮੈਂ ਤੇ ਵੀ ਬਹੁਤ ਸਭੀ ਤੇ ਸੌਂਗ ਦੇ ਨਾਲ ਹਾਜ਼ਰ ਤੜ ਵੇ ਮੈਨੂੰ ਪਾਰ ਲੰਘਾ ਦੇਵੇ ਕੜਿਆ ਮਿਹਨਤਾਂ ਤੇਰੀਆਂ ਕਰਦੀ ਉਹ ਪਿੱਛੇ ਮੁੜ ਜਾ ਸੋਹਣੀਏ ਮੈਨੂੰ ਪਾਰ ਲੰਘਾ ਦੇਵੇ
ਦੇ ਨਾਲ ਹੀ ਅੰਨੀ ਹਾਜ਼ਰੀ ਭਰ ਜੀ ਜੈ ਮਸਤਾਂ ਦੀ ਜੈ ਪੀਰਾਂ ਦੀ ਸਿਰ ਬਾਬਾ ਜੀ ਦੇ ਸਾਡੇ ਗੁਰੂ ਲੋਕਾਂ ਸਾਰਿਆਂ ਦੇ ਧੰਨਵਾਦ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਲ ਜਿੰਦਰ ਬਲ ਬਾਦਸ਼ਾਹ ਸਾਡਾ ਆਵਾਜ਼ਾਂ ਕੱਢਦਾ ਸਾਡਾ ਕਲਾਕਾਰ ਹੈ ਆਏ ਨੇ ਜੀਆਂ ਨੂੰ ਸੋ ਇਹ ਸੀ ਸਾਡੇ ਹੁਸਨ ਦੀ ਬੇਬਾ ਜੀ ਔਰ ਜਸਵੀਰ ਜੱਸੀ ਜੀ ਡਿਊਟ ਤੋਂ ਬਾਅਦ ਡਿਊਟ ਹੀ ਹੈ ਪਰ ਮੈਂ ਚਾਹੁੰਦਾ ਕਿ ਮਿੰਟੂ ਸਾਹਿਬ ਗਾਣਾ ਨਹੀਂ ਇੱਕ ਸ਼ੇਰ ਮੈਂ ਸਿਰਫ ਕਿਉਂਕਿ ਥੋੜ੍ਹੇ ਜਿਹਾ ਗੈਪ ਇੱਕ ਦੋ ਮਿੰਟ ਦਾ ਹੀ ਹੈ ਹਾਂ ਗਿੱਲ ਜੀ ਇੱਕ ਮਿੰਟ ਆ ਜਾਓ ਜਸਵੀਰ ਗਿੱਲ ਜੀ ਗਿੱਲ ਜਸਵੀਰ ਸਾਹਿਬ ਔਰ ਇੱਕ ਸਿਰਫ ਸ਼ੇਰ ਫਕੀਰਾਂ ਦਾ ਬਾਬਾ ਜ਼ਹਿਰਾ ਪੀਰ ਦਰਬਾਰ ਦਾ ਉਸ ਤੋਂ ਬਾਅਦ ਮੈਂ ਚੌਹਾਨ ਸਾਹਿਬ ਮਾਈਕ ਦੇਵਾਂਗਾ ਉਹ ਸੱਦਾ ਦੇਣਗੇ ਸਾਡੇ ਇੰਟਰਨੈਸ਼ਨਲ ਸਟਾਰ ਜੀਤਾ ਪਵਾਰ ਜੀ ਔਰ ਮੈਂ ਸੁਨੀਤਾ ਜੀ ਨੂੰ ਪਹੁੰਚੇ ਹੋਏ ਔਰ ਮੌਜੂਦ ਕਲਾਕਾਰ ਦਾ ਸਵਾਗਤ ਕਰਦੇ ਹਾਂ ਦੋਸਤੋ ਪਰ ਸਿਰਫ ਇੱਕ ਸ਼ੇਰ ਬੋਲਣ ਲੱਗੇ ਹੈ ਮੈਂ ਚਾਹੁੰਦਾ ਕਿ ਦਿਲ ਨਾ ਟੁੱਟੇ ਕਿਸੇ ਦਾ ਦਿਲ ਰੱਖਣਾ ਚਾਹੀਦਾ ਸਿਰਫ ਸ਼ੇਰ ਪਾਈ ਬਹੁਤ ਮਿਹਰਬਾਨੀ ਜੀ ਕਿਉਂਕਿ ਅਸੀਂ ਦਰਬਾਰ 'ਤੇ ਆਏ ਸੀ ਇਹਨਾਂ ਦਾਤਿਆਂ ਦੇ ਚਰਨਾਂ 'ਚ ਗਾ ਕੇ ਹਾਜ਼ਰੀ ਲਗਾਉਣੀ ਪਰ ਰਾਹੀ ਸਾਹਿਬ ਕਹਿੰਦੇ ਸਮਾਂ ਇਜਾਜ਼ਤ ਨਹੀਂ ਦਿੰਦਾ ਕਿਉਂਕਿ ਹਾਜ਼ਰੀ ਸਾਡੀ ਲੱਗ ਗਈ ਸੀ ਜੇ ਚਾਹੁਣ ਫੱਕਰ ਤਾਂ ਬਰਫਾਂ ਨੂੰ ਅੱਗ ਲਾ ਸਕਦੇ ਜੇ ਚਾਹੁਣ ਫੱਕਰ ਤਾਂ ਬਰਫਾਂ ਨੂੰ ਅੱਗ ਲਾ ਸਕਦੇ ਜੇ ਚਾਹੁਣ ਫੱਕਰ ਤਾਂ ਮੋਇਆਂ ਵਿੱਚ ਜਾਨਾਂ ਪਾ ਸਕਦੇ ਇਹ ਬਦਲ ਦਿੰਦੇ ਮਾੜੇ ਲੇਖ ਲਕੀਰਾਂ ਦੇ ਤਾਂਹੀਓ ਜਗਤੇ ਰਾਹੀ ਸਾਹਿਬ ਜਗਦੇ ਨੇ ਤਾਜਦਾਰਾਂ ਦੇ ਨਾ ਅਮੀਰਾਂ ਦੇ ਦੀਵੇ ਜਗਦੇ ਸਦਾ ਫਕੀਰਾਂ ਦੇ ਦੀਵੇ ਜਗਦੇ ਸਦਾ ਫਕੀਰਾਂ ਦੇ ਟੁੱਟਿਆ ਸ਼ੀਸ਼ਾ ਕਦੇ ਜੁੜਦਾ ਨਹੀਂ ਟੁੱਟਿਆ ਸ਼ੀਸ਼ਾ ਕਦੇ ਜੁੜਦਾ ਨਹੀਂ ਫੱਕਰ ਟੁੱਟੀਆਂ ਤਕਦੀਰਾਂ ਜੋੜ ਦਿੰਦੇ ਜਦੋਂ ਮਾਰਦੇ ਰਹਿਮਤ ਦੀ ਸੱਟ ਐਸੀ ਧੌਣ ਕੁਫਰ ਅਹੰਕਾਰ ਦੀ ਤੋੜ ਦਿੰਦੇ ਜਦੋਂ ਆਪਣੀ ਮੌਜ ਵਿੱਚ ਆ ਜਾਂਦੇ ਫਿਰ ਮੁੱਖ ਹਵਾਵਾਂ ਦੇ ਮੋੜ ਦਿੰਦੇ ਫਿਰ ਮੁੱਖ ਹਵਾਵਾਂ ਦੇ ਮੋੜ ਦਿੰਦੇ ਬੜੀ ਔਖੀ ਫਕੀਰੀ ਬੜੀ ਔਖੀ ਹੈ ਜੀ ਬਸ ਇੰਨੀ ਹਾਜ਼ਰੀ ਦਾਸ ਦੀ ਪ੍ਰਮਾਣ ਕਰਨੀ ਖਸ ਖਸ ਜਿੰਨਾ ਕਦਰਨਾ ਮੇਰਾ ਮੇਰੇ ਸਾਹਿਬਾਂ ਹੱਥ ਵਡਿਆਈਆਂ ਗਲੀਆਂ ਦਾ ਮੈਂ ਰੂੜਾ ਕੂੜਾ ਤੇ ਮੇਰੀ ਲਾਜ ਰੱਖੀ ਤੂੰ ਸਾਈਆਂ ਮੇਰੀ ਲਾਜ ਰੱਖੀ ਤੂੰ ਸਾਈਆਂ ਮੈਂ ਚਾਹੁੰਦਾ ਸੀ ਗਾ ਕੇ ਗਾਊਗਾ ਮੁੰਡਾ ਤਰਨਮ 'ਚ ਜਾਂ ਰਿਧਮ 'ਚ ਪਰ ਕੋਈ ਗੱਲ ਨਹੀਂ ਇਹਨਾਂ ਦਾ ਮੈਂ ਹੀ ਬੋਲੀ ਜਾਣਾ ਨਾਲੇ ਮਾਇਕ ਕਾਗਜ਼ ਦੇਖ ਕੇ ਮੈਂ ਵੀ ਨਹੀਂ ਬੋਲਦਾ ਕਾਗਜ਼ ਤੋਂ ਬਗੈਰ ਵੀ ਯਾਦ ਕਰੋਗੀ ਤੂੰ ਸੋ ਲਓ ਚੌਹਾਨ ਸਾਹਿਬ ਨੂੰ ਮਾਇਕ ਦੇਣ ਲੱਗੇ ਹਾਂ ਉਹ ਸੱਦਾ ਦੇਣਗੇ ਅੱਜ ਦੀ ਖੂਬਸੂਰ ਜੋੜੀ ਨੂੰ ਕਹਿੰਦੇ ਨੇ ਦਿਲਾਂ ਵਿੱਚ ਜਿਨ੍ਹਾਂ ਦੇ ਪਿਆਰ ਵਾਲੀ ਲੋਹ ਹੈ ਨਹੀਂ ਦਿਲਾਂ ਵਿੱਚ ਜਿਨ੍ਹਾਂ ਦੇ ਪਿਆਰ ਵਾਲੀ ਲੋਹ ਹੈ ਨਹੀਂ ਨਾ ਕਿਸੇ ਹਾਲ ਦੇ ਅਤੇ ਨਾ ਉਹ ਕਿਸੇ ਕੰਮ ਦੇ ਬੰਦੇ 'ਤੇ ਤਾਂ ਚੰਮ ਦੀ ਪੈਂਦੀ ਨਹੀਂ ਕਦਰ ਕੋਈ ਮੌਜੇ ਬਣਵਾਏ ਜਾਂਦੇ ਪਸ਼ੂਆਂ ਦੇ ਚੰਮ ਦੇ ਬਣ ਕੇ ਚਟਾਨਾਂ ਜਿਹੜੇ ਰੋਗ ਦੇ ਤੂਫਾਨਾਂ ਤਾਂ ਜੁਲਦੇ ਆ ਝੁਲਦੇ ਆ ਝੱਖੜਾਂ ਨੂੰ ਥੰਮਦੇ ਅਤੇ ਜੱਗ ਉੱਤੇ ਲੱਖਾਂ ਆਉਂਦੇ ਲੱਖਾਂ ਜਾਂਦੇ ਕਵੀ ਲੋਕਾਂ ਸੂਰਮੇ ਜਾਂ ਭਗਤ ਵਿਚਾਰੇ ਫਕੀਰ ਲੋਕ ਕਦੇ ਕਦੇ ਜਾਂਦੇ ਸਲੋ ਅਗਲੀ ਬਹੁਤ ਹੀ ਖੂਬਸੂਰਤ ਜੋੜੀ ਨੂੰ ਸਟਾਰ ਜੋੜੀ ਨੂੰ ਸੱਦਾ ਦੇਣ ਲੱਗੇ ਨੇ ਮੇਰੇ ਬਹੁਤ ਹੀ ਬੁਲੰਦ ਆਵਾਜ਼ ਦੇ ਮਾਲਕ ਬੋਲਾਂ ਦੇ ਜਾਦੂਗਰ ਹਰਫਾਂ ਦੇ ਜਾਦੂਗਰ ਸਟੇਜਾਂ ਦਾ ਸ਼ਿੰਗਾਰ ਮੇਰਾ ਛੋਟਾ ਵੀਰ ਚੌਹਾਨ ਸਾਹਿਬ ਪਰਮ ਸਤਿਕਾਰਯੋਗ ਅੱਜ ਦੀ ਇਸ ਪਾਕ ਪਵਿੱਤਰ ਪਾਵਨ ਮਹਿਫਲ ਦੇ ਵਿੱਚ ਇਸ ਪਾਕ ਪਵਿੱਤਰ ਪਾਵਨ ਦਰਬਾਰ 'ਤੇ ਆਈਆਂ ਹੋਈਆਂ ਸਾਰੀਆਂ ਹੀ ਸੰਗਤਾਂ ਸਾਰੀਆਂ ਸੰਗਤਾਂ ਨੂੰ ਇਸ ਮੇਲੇ ਦੀ ਲੱਖ ਲੱਖ ਮੁਬਾਰਕਬਾਦ ਹੈ ਰਾਹੀ ਸਾਹਿਬ ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਨਾਲ ਸਟੇਜ ਨੂੰ ਚਲਾ ਰਹੇ ਸੀ ਔਰ ਸਾਡੇ ਤੋਂ ਪਹਿਲੇ ਬਹੁਤ ਅੱਛੇ ਅੱਛੇ ਕਲਾਕਾਰਾਂ ਨੇ ਹਾਜ਼ਰੀਆਂ ਭਰੀਆਂ ਨੇ ਕਿਉਂਕਿ ਤਾਜ਼ਦਾਰਾਂ ਦੇ ਨਾ ਅਮੀਰਾਂ ਦੇ ਦੀਵੇ ਬਲਦੇ ਸਦਾ ਫਕੀਰਾਂ ਦੇ ਇਸ ਕਥਨ ਨੂੰ ਸੱਚ ਹੁੰਦਿਆਂ ਦੇਖ ਰਹੇ ਹਾਂ ਇਸ ਪਾਕ ਪਵਿੱਤਰ ਪਾਵਨ ਦਰਬਾਰ 'ਤੇ ਧੰਨ ਧੰਨ ਬਾਬਾ ਜ਼ਹਿਰ ਪੀਰ ਜਿਨ੍ਹਾਂ ਦਾ ਪਾਕ ਪਵਿੱਤਰ ਪਾਵਨ ਦਰਬਾਰ ਖਰਦ ਖੁਰਦ ਦੇ ਵਿੱਚ ਬਣਿਆ ਹੋਇਆ ਇਸ ਦਰਬਾਰ ਦੇ ਗੱਦੀ ਨਸ਼ੀਨ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਕਲਾਕਾਰ ਦੀ ਪਰਖ ਕਰਦੇ ਆ ਕਿਉਂਕਿ ਆਪ ਉਹਨਾਂ ਦਾ ਸਾਰਾ ਪਰਿਵਾਰ ਇਸ ਲਾਈਨ ਦੇ ਨਾਲ ਜੁੜਿਆ ਹੋਇਆ ਕਿਉਂਕਿ ਸੈਣੀ ਸਾਉਣ ਡੀਜ਼ੇ ਕਿਸੇ ਜਾਣ ਪਹਿਚਾਣ ਦੇ ਮੁਤਾਜ ਨਹੀਂ ਸਟਾਰ ਕਲਾਕਾਰਾਂ ਦੇ ਨਾਲ ਸੇਵਾ ਕਰਦੇ ਨੇ ਸਾਡੇ ਬਾਬਾ ਜੀ ਸੰਤ ਬਾਬਾ ਰਸ਼ਪਾਲ ਸਿੰਘ ਜੀ ਉਹਨਾਂ ਦੇ ਚਰਨਾਂ 'ਚ ਸਾਡਾ ਸਜਦਾ ਸਲਾਮ ਕਬੂਲ ਹੋਵੇ ਔਰ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਠੇਕੇਦਾਰ ਸਾਹਿਬ ਕਹਿੰਦੇ ਠੇਕੇਦਾਰ ਨਾ ਬੋਲਿਓ ਮੈਂ ਕਿਹਾ ਜੀ ਠੇਕੇਦਾਰ ਕਹਿਣ ਨਾਲ ਇਹ ਹੁੰਦਾ ਵੀ ਨੋਟ ਜਿਹੜੇ ਵੱਡੇ ਹੋ ਜਾਂਦੇ ਆ ਸੋ ਇਸ ਕਰਕੇ ਸਾਡੇ ਅਮਰੀਕ ਸਿੰਘ ਜੀ ਜਿਹੜੇ ਬਾਬਾ ਜੀ ਦੀ ਬਹੁਤ ਸੇਵਾ ਕਰਦੇ ਆ ਸੋ ਸਾਡੇ ਵਿਚਕਾਰ ਨੇ ਜੀਆਂ ਨੂੰ
उन्हें नाल संतोख सिंह जी डॉक्टर बलविंदर सिंह जी मरवाहा साहब और एक चेले होया करते हैं शिगिरद होया करते हैं जिहड़े अपने गुरु का नाम रोशन करते हैं उन्हें शिगिरदा चो जाण्या पहचाण्या नाम बाबा जी उन्होंने नाल दे शिगिरद भी ने बेटे भी ने साढ़े बहुत ही सत्कारयोग साढ़े बाबा सुखविंदर सिंह जी गहलों तो जिहड़े दरबार से सानू अक्सर हाजिरी भरन का मौका मिलता सो साढ़े विचकार तशरीफ फरमान जिया और साढ़े बहुत ही सत्कारयोग काशीपुर तो सरपंच अवतार सिंह जी तो बाबा जी के बेटा मिंटू बाजी जो बहुत ही खूबसूरत अंदाज में ड्यूटी निभा रहे हैं पी पी सी लाइव जिहड़ा पूरे वर्ल्ड के चल रहा जी इस टाइम ही सो बहुत बहुत धन्यवाद। एक बार कहते जी की रग में जय वो जग में जय जी के बुलों उत्ते जय सत कुलों उत्ते जय कि जय आखण जीभ नहीं कसनी ना इसका मुल लगना कोई बाबा जी दे इस दरबार चो होर किते नहीं मिलनी ढोई श्रद्धा प्रेम प्यार इतफाक नाल अपने आप नूं तोल दिओ जय पीरां दी बोल दिओ तुसी जय पीरां दी बोल दिओ जकारा ला के तुसी इजाजत देनी है जयकारा सच्ची सरकार दा बोल सच्चे दरबार की साहब जी बहुत ही खुश तो सुरीली आवाज वर्ल्ड फेमस आवाज जनाब सरदूल सिकंदर जी दे लाडले शगिर्द पंजाब दी बुलंद आवाज जिसनों तुम बहुत सारिया पंजाबी फीचर फिल्मों के देख चुके हो सुन चुके हो यादा कुलदीप माणक दियाँ साढ़े बाबा जी कमल जी जी सो गल है भी कई बार ये बाबा जी ने जो सू मेले से बुलाना फिर इन्हों का नाम याद रह जाना गल तो एक ही नहीं है साढ़े बाबा कमल जीत सिंह जी फौजी खैराबाद तो बाबा जी गुस्ताखी की माफ़ी चाहते हैं और सारे का तहत तो धन्यवाद करते हैं सो क्योंकि जिस आवाज को तुम बहुत सारिया पंजाबी फीचर फिल्मों के सुने कुलदीप माणक दियाँ लेजेंड चमकीला मेरी मुराद बॉलीवुड आवाज डांसिंग स्टार फिल्मी कलाकार जनाब जीता पर सुनीता खन्ना के पल विच अरशों फर्श पचावे जे रब बख्शे वडियाइया लगते रहन खुशी दे मेले ते मिलदियां रहन वधाइया लगते रहन खुशी दे मेले मिलदियां रहन वधाइया सारी संगत मेले की लख लख मुबारकबाद है। जीता पवार जी ने हाल ही विच कुलदीप माणक साहब जी के सारे गीतों को दोबारा तो अपनी आवाज़ दे तुसी यूट्यूब ते जीता पवार लिख के सुन सकते हो क्योंकि बापू देव तरीकों वाले जिन्होंने जीता पवार जी ने आप साइन करके गीत सारे दिते हैं और इन्हों जी कुलदीप माणक साहब उन्होंने जीवनी तो फिल्म बन रही है उस गीत सारे सुनोगे सो असी स्टेज की शुरुआत करते हैं कि सब तो व्डा जोड़ा रब है माँ है जिन्हें जन्म दिता है क्योंकि गुरबाणी के लाइना दर्ज धन धन साहब श्री गुरु नानक देव जी महाराज लिखते हैं सो क्यों बंदा आखिए जित जमे रजान सो माँ होंगी है माँ दुनिया वाले हो जीता पवार जी की अपनी आवाज रिकॉर्ड की तुहाड़ी सेवा माँ है रब का ना दुनिया वाले हो। मेरे बापू जी बाबा रिशपाल सिंह जी जिन्हों के आशीर्वाद सदका इन संगतों के दर्शन होए ने सो कहते हैं जो मावा हो दलेर ते कुख चो शेर ही जमते ने और रण में कुत्तण सूरे वैरी थर थर कंबते ने सो मेरी काफ़ी धार्मिक कैसतें भी आप जी की नज़र में पेश कीतिया ने धन्यवादी हाँ और बहुत ही अच्छा म्यूजिकल ग्रुप और साढ़े बापू जी की साउंड सैनी साउंड सर्विस शुक्र गुजार हाँ जी मेरी तो इन्नी औकात नहीं सो जिहड़ा बंदा अपनी माँ नूं प्यार करता एक बार दोनों हाथ उपर करके हो माँ जिया कड़ी छावा बूटा
ਮੈਨੂੰ ਜੱਗ ਵਿੱਚ ਨਜ਼ਰ ਨਾ ਆਵੇ ਜਿਸ ਤੋਂ ਲੈ ਕੇ ਸ਼ਾਂ ਉਧਾਰੀ ਰੱਬ ਨੇ ਸਵਰਗ ਬਣਾਏ ਉਹ ਮਾਂ ਹੁੰਦੀ ਏ
ਕਿਹੜਾ ਲੱਗਿਆ ਤਾੜੀ ਮਾਰਿਓ ਬਾਬਾ ਜੀ ਕਿਸੇ ਨੇ ਬਹੁਤ ਹੀ ਖੂਬਸੂਰਤ ਲਾਈਨਾਂ ਲਿਖੀਆਂ ਨੇ ਵੀ ਪਹਿਲਾਂ ਧੀ ਫਿਰ ਮਾਂ ਜਿਹੜਾ ਬੰਦਾ ਆਪਣੀ ਧੀ ਦੀ ਆਪਣੇ ਪਰਿਵਾਰ ਦੀ ਕਦਰ ਨਹੀਂ ਕਰ ਸਕਦਾ ਕਿਉਂਕਿ ਬਹੁਤ ਖੂਬਸੂਰਤ ਲਾਈਨਾਂ ਆਪ ਜੀ ਦੀ ਨਜ਼ਰ ਪੇਸ਼ ਕਰਨ ਜਾ ਰਿਹਾ ਹੋਇਆ ਕੀ ਜੇ ਧੀ ਜੰਮੀ ਇੱਕ ਵਾਰੀ ਭੈਣਾਂ ਜੇ ਵਧੀਆ ਲੱਗਿਆ ਤੁਸੀਂ ਤਾੜੀ ਮਾਰਨੀ ਹੋਇਆ ਕੀ ਜੇ ਧੀ ਜੰਮ ਪਈ ਹੋਇਆ ਕੀ ਜੇ ਧੀ ਜੰਮ ਪਈ ਪਰ ਕੁੱਖ ਦਸ ਲੱਖਣੀ ਹੋਈ ਧੀ ਵੀ ਦਾਦਾ ਰੱਬ ਦੀ ਹਵਾ ਲੱਗਦੀ ਹੈ ਮੂੰਹ ਨੂੰ ਅੱਜ ਤਾਲੀ ਵਜਾਓ ਨਾ ਵਜਾਓ ਬਾਬਾ ਜੀ ਉਹਨਾਂ ਨੇ ਪੂਰੇ ਏਅਰ ਕੰਡੀਸ਼ਨਰ ਜਿਹੜੇ ਪੱਖੇ ਲਾਏ ਹੋਏ ਨੇ ਕਿਆ ਬਾਤ ਹੈ ਬਹੁਤ ਮਿਹਰਬਾਨੀ ਬਾਬਾ ਜੀ ਨੇ ਬੜੇ ਨੋਟਾਂ ਦੀ ਬਰਸਾਤ ਕੀਤੀ ਹੈ ਕਹਿੰਦੇ ਉਹਦਾ ਪਾਣੀਆਂ ਚ ਮਾਵਾਂ ਦੇ ਦਿਲ ਹੁੰਦੇ ਨੇ ਜਿਹੜੇ ਪਾਣੀ ਸਿਰਾਂ ਤੋਂ ਵਾਰੇ ਹੁੰਦੇ ਨੇ ਉਹਦਾ ਪਾਣੀਆਂ ਚ ਮਾਵਾਂ ਦੇ ਦਿਲ ਹੁੰਦੇ ਨੇ ਜਿਹੜੇ ਪਾਣੀ ਸਿਰਾਂ ਤੋਂ ਵਾਰੇ ਹੁੰਦੇ ਨੇ ਦਿਓ ਪੁੱਤਾਂ ਨੂੰ ਅਸੀਸਾਂ ਲੱਖ ਵਾਰੀ ਪਰ ਧੀਆਂ ਦੇ ਵੀ ਬੜੇ ਸਹਾਰੇ ਹੁੰਦੇ ਨੇ ਧੀਆਂ ਦੇ ਵੀ ਬੜੇ ਸਹਾਰੇ ਹੁੰਦੇ ਨੇ ਹੁੰਦੀ ਵੀਰਾਂ ਨਾਲ ਸਰਦਾਰੀ ਭਾਵੇਂ ਪਰ ਯਾਰਾਂ ਦੇ ਵੱਖਰੇ ਨਜ਼ਾਰੇ ਹੁੰਦੇ ਨੇ ਹਰ ਦਿਲ 'ਚ ਸਮੁੰਦਰ ਵਸਦਾ ਤਾਂ ਹੀ ਅੱਖੀਆਂ ਦੇ ਅੱਥਰੂ ਖਾਰੇ ਹੁੰਦੇ ਨੇ ਕਿਉਂਕਿ ਦਿਲ ਦਰਿਆ ਸਮੁੰਦਰੋਂ ਡੂੰਘੇ
ਇਹ ਦਿਲਾਂ ਦੀਆਂ ਦਿਲਾਂ ਵਾ ਹੈਲੋ ਪਿੱਛੇ ਵਾਲੇ ਮਾਈਕ ਬੰਦ ਕਰ ਦਿਓ ਜੀ ਕਿ ਦਿਲ ਦਰਿਆ ਸਮੁੰਦਰੋਂ ਡੂੰਘੇ ਦਿਲਾਂ ਦੀਆਂ ਗੱਲਾਂ ਜਿਹੜੀਆਂ ਨੇ ਰਮਜ਼ਾਨ ਦੇ ਦਿਲਾਂ ਵਾਲੇ ਸਮਝ ਸਕਦੇ ਨੇ ਸੰਤ ਬਾਬਾ ਰਸ਼ਪਾਲ ਸਿੰਘ ਜੀ ਜਿਹੜੇ ਬਹੁਤ ਪਿਆਰ ਅਥਾਹ ਪਿਆਰ ਬਖਸ਼ਦੇ ਨੇ ਔਰ ਇਸ ਮੇਲੇ ਦੇ ਵਿੱਚ ਤੁਹਾਡੇ ਲਈ ਹਰੇਕ ਸਾਲ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਨਾ ਕੋਈ ਸਟਾਰ ਕਲਾਕਾਰ ਵਧੀਆ ਕਲਾਕਾਰ ਚੇਂਜ ਕਰਕੇ ਬੁਲਾਇਆ ਜਾਏ ਸੋ ਬਹੁਤ ਬਹੁਤ ਮਿਹਰਬਾਨੀ ਸਜਦਾ ਸਲਾਮ ਇਹਨਾਂ ਦੇ ਚਰਨਾਂ 'ਤੇ ਸਾਡਾ ਵੀ ਹੈ ਸੋ ਆਓ ਬਾਬਾ ਜੀ ਤੋਂ ਇਜਾਜ਼ਤ ਲੈ ਲਈ ਬਾਬਾ ਜੀ ਸੱਭਿਆਚਾਰਕ ਗੀਤ ਦੁਗਾਣੇ ਜਿਹੜੇ ਚੱਲ ਗਏ ਤੁਹਾਡੀ ਇਜਾਜ਼ਤ ਹੋਣੀ ਚਾਹੀਦੀ ਕਿਉਂਕਿ